ਯਾਰ ਪਰਸ ਵਿੱਚ ਪੈਸੇ ਘੱਟ ਹੈ। ਅਨੀਤਾ ਨੂੰ ਫੋਨ ਕੇ ਪੁੱਛਦਾ ਕਿਤੇ ਪੈਸੇ ਘਰ ਤਾਂ ਨਹੀਂ ਲੈ ਗਏ। ਪੁੱਛਣਾ ਸੀਗਾ, ਮੇਰੇ ਪਰਸ ਵਿੱਚ ਪੈਸੇ ਘੱਟ ਹੈ। ਅੱਛਾ, ਤੈਨੂੰ ਪਤਾ? ਨਹੀਂ ਨਹੀਂ ਘਰੇ ਤਾਂ ਨਹੀਂ ਲੈ ਗਏ। ਤੁਸੀਂ ਕਦੀ ਆਪਣੀ ਜੇਬ ਦੇ ਵਿੱਚ ਪੈਸੇ ਛੱਡ ਕੇ ਗਏ ਹੋ ਕਦੀ? ਉਹ ਤੁਸੀਂ ਇੰਨੇ ਚੰਗੇ ਕਿੱਥੇ ਜਿਹੜੀ ਜੇਬ 'ਚ ਪੈਸੇ ਛੱਡ ਕੇ ਜਾਓਗੇ? ਆਪਣੇ ਵਿਆਹ ਨੂੰ ਇੰਨੇ ਸਾਲ ਹੋ ਗਏ, ਮੈਨੂੰ ਤਾਂ ਤੁਹਾਡੀ ਜੇਬ 'ਚੋਂ ਅੱਜ ਤੱਕ 1 ਰੁਪਇਆ ਨਹੀਂ ਲੱਭਿਆ। ਉਹ ਅੱਛਾ ਅੱਛਾ ਤੂੰ ਤਾਂ ਇੰਨਾ ਲੈਕਚਰ ਦੇ ਦਿੱਤਾ। ਉਹ ਮੈਂ ਤਾਂ ਵੈਸੇ ਹੀ ਪੁੱਛਿਆ ਸੀਗਾ, ਮੈਨੂੰ ਸਿੱਧਾ ਕਹਿ ਦਿੰਦੀ ਕਿ ਮੇਰੇ ਕੋਲ ਹੈ ਨਹੀਂ ਗੇ। ਬੰਦੇ ਕਿਵੇਂ 1-1 ਰੁਪਏ ਦਾ ਹਿਸਾਬ ਰੱਖਦੇ ਆ ਜਨਾਨੀ ਕੋਲ? ਕਿੱਥੇ ਗਏ ਪੈਸੇ ਯਾਰ? ਚੱਲ ਕੋਈ ਗੱਲ ਨਹੀਂ। ਉਹ ਯਾਰ ਅੱਜ ਪੈਸੇ ਫੇਰ ਘੱਟ ਹੈ। ਪੈਸੇ ਜਾਂਦੇ ਤਾਂ ਜਾਂਦੇ ਕਿੱਥੇ ਪਏ ਹੈ? ਅਨਿਕਾ, ਉਹ ਅਨਿਕਾ, ਉਹ ਕੀ ਹੋਇਆ? ਤੁਸੀਂ ਇੰਨਾ ਰੌਲਾ ਪਾਇਆ ਹੋਇਆ, ਮੁੰਡਾ ਸੁੱਤਾ ਪਿਆ। ਉਹ ਹੋਣਾ ਕੀ ਹੈ, ਮੇਰੇ ਪਰਸ ਵਿੱਚ ਪੈਸੇ ਅੱਜ ਫੇਰ ਗਾਇਬ ਹੈ। ਤੇ ਮੈਨੂੰ ਕੀ ਪਤਾ, ਮੈਨੂੰ ਤਾਂ ਤੁਸੀਂ ਇੱਦਾਂ ਕਹਿੰਦੇ ਪਏ ਹੋ ਜਿਵੇਂ ਪੈਸੇ ਮੈਂ ਹੀ ਚੱਕੇ ਹੋਣ। ਉਹ ਤੂੰ ਮੈਨੂੰ ਬੇਵਕੂਫ ਬਣਾਉਣੀ ਪਈ ਹੈ, ਮੈਨੂੰ ਸਿੱਧਾ ਸਿੱਧਾ ਦੱਸ ਪੈਸੇ ਕਿੱਥੇ ਆ। ਯਾਰ ਮੈਨੂੰ ਨਹੀਂ ਪਤਾ ਤੁਹਾਡੇ ਪੈਸੇ ਕਿੱਥੇ ਆ। ਉਹ ਜੇ ਤੂੰ ਮਜ਼ਾਕ ਕਰਦੀ ਪਈ ਹੈ ਨਾ, ਮਜ਼ਾਕ ਬਿਲਕੁਲ ਨਾ ਕਰ, ਕਿਉਂਕਿ ਮੈਂ ਬਿਲਕੁਲ ਸੀਰੀਅਸ ਹਾਂ। ਮੈਂ ਸੱਚੀ ਕਹਿੰਦੀ ਹਾਂ, ਮੇਰੇ ਕੋਲ ਪੈਸੇ ਨਹੀਂ ਹੈਗੇ, ਘਰ ਵਿੱਚ 100 ਚੀਜ਼ਾਂ ਆਉਂਦੀਆਂ ਵਾ। ਕੀ ਪਤਾ ਤੁਸੀਂ ਕੋਈ ਚੀਜ਼ ਲਿਆਉਣ ਲੱਗੇ ਪੈਸੇ ਲਗਾਤੇ ਹੋਣ, ਨਹੀਂ ਪਤਾ ਲੱਗਦਾ ਕਈ ਵਾਰੀ। ਜੇ ਮੈਂ ਤੈਨੂੰ ਉੱਚੀ ਬੋਲਿਆ ਨਾ, ਤੈਨੂੰ ਆਇਆ ਨਾ ਗੁੱਸਾ, ਮੈਨੂੰ ਸੱਚ ਸੱਚ ਦੱਸ ਦੇ ਪੈਸੇ ਕਿੱਥੇ ਆ। ਅੱਛਾ, ਮੈਨੂੰ ਤਾਂ ਪਤਾ ਨਹੀਂ ਕਿ ਪੈਸੇ ਕਿੱਥੇ ਆ। ਤੁਸੀਂ ਇੰਨੇ ਕੌਨਫੀਡੈਂਸ ਨਾਲ ਕਹਿ ਰਹੇ ਹੋ ਤੇ ਫਿਰ ਤੁਸੀਂ ਮੈਨੂੰ ਆਪ ਹੀ ਦੱਸ ਦੋ ਕਿ ਪੈਸੇ ਕਿੱਥੇ ਗਏ। ਚੱਲ ਸੁਣ ਫਿਰ, ਇਹ ਪੈਸੇ ਤੂੰ ਆਪਣੇ ਪੇਕਿਆਂ ਨੂੰ ਦਿੱਤੇ ਆ ਨਾ, ਸੱਚ ਸੱਚ ਦੱਸ ਦੇ ਮੈਨੂੰ। ਅੱਛਾ, ਤੁਹਾਡੇ ਮਨ ਵਿੱਚ ਇਹ ਕੁਝ ਚੱਲਦਾ ਪਿਆ ਵਾ? ਤੁਸੀਂ ਮੇਰੇ ਤੇ ਇੰਨਾ ਵੱਡਾ ਇਲਜ਼ਾਮ ਲਗਾਤਾ, ਪਹਿਲਾਂ ਇਹ ਦੱਸੋ ਕਿ ਮੇਰੇ ਪੇਕੇ ਭੁੱਖੇ ਨੰਗੇ ਆ? ਮੇਰੇ ਮਾਂ ਪਿਓ ਨਾ ਆਪਣੇ ਘਰੇ ਵਧੀਆ ਖਾਂਦੇ ਆ ਤੇ ਵਧੀਆ ਪੀਂਦੇ ਆ, ਪਤਾ ਨਹੀਂ ਤੁਹਾਡੇ ਮਨ ਦੇ ਵਿੱਚ ਕਿੰਨੀ ਕੁ ਮੈਲ ਭਰੀ ਹੋਈ ਆ। ਉਹ ਚੱਲਾ ਮੈਂ ਆਫਿਸ, ਪਹਿਲਾਂ ਹੀ ਬਹੁਤ ਲੇਟ ਹੋ ਗਿਆ। ਕਿਵੇਂ ਮੈਨੂੰ ਕੱਲ ਪਾ ਕੇ ਆਪ ਆਫਿਸ ਚਲੇ ਗਏ? ਸਾਰਾ ਦਿਨ ਮੈਂ ਹੁਣ ਸੜਦੀ ਰਹਿਣਾ ਵਾ। ਜਨਾਨੀ ਨੂੰ ਕੱਲ ਪਾ ਕੇ ਨਾ ਬੰਦੇ ਕਦੇ ਕਾਮਯਾਬੀ ਨਹੀਂ ਮਿਲਦੀ। ਆ ਗਏ? ਕੀ ਗੱਲ, ਬੜੇ ਪਰੇਸ਼ਾਨ ਲੱਗਦੇ ਪਏ ਹੋ? ਉਹ ਕੁਛ ਨਹੀਂ, ਮੈਨੂੰ ਅੱਜ ਸਰ ਨਾ ਇੰਨਾ ਬੋਲਿਆ, ਨਾਲੇ ਮੈਨੂੰ ਕੰਮ ਤੋਂ ਕੱਢਤਾ। ਅੱਛਾ, ਹੋਰ ਕੀ, ਹੁਣ ਕੀ ਬਣੂਗਾ ਮੇਰਾ ਯਾਰ, ਬੱਚੇ ਵੀ ਪੜ੍ਹਾਉਣੇ ਆ, ਅੱਗੇ ਨੂੰ ਐਡਮਿਸ਼ਨ ਆਉਂਦੀਆਂ ਪਈਆਂ, ਨਾ ਕਿਤੇ ਨੌਕਰੀ ਮਿਲਦੀ ਹੈ। ਚਲੋ ਤੁਸੀਂ ਟੈਨਸ਼ਨ ਨਾ ਲਓ, ਕੋਈ ਗੱਲ ਨਹੀਂ, ਸਭ ਠੀਕ ਹੋ ਜਾਊਗਾ। ਉਹ ਯਾਰ ਟੈਨਸ਼ਨ ਤਾਂ ਹੁੰਦੀ ਹੈ, ਘਰ ਕਿੱਦਾਂ ਚੱਲੂਗਾ ਹੁਣ?
ਲੋ ਪੈਸੇ। ਉਹ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ? ਇਹ ਉਹੀ ਪੈਸੇ ਆ ਜਿਹੜੇ ਰੋਜ਼ ਮੈਂ ਤੁਹਾਡੀ ਜੇਬ ਚੋਂ ਕੱਢਦੀ ਸੀਗੀ। ਤੁਹਾਨੂੰ ਪਤਾ ਹੀ ਆ ਕਿ ਸੇਵਿੰਗ ਹੁੰਦੀ ਨਹੀਂ ਸੀ, ਤੇ ਮੈਂ ਸੋਚਿਆ ਕਿ ਮੈਂ ਰੋਜ਼ ਥੋੜੇ ਥੋੜੇ ਪੈਸੇ ਤੁਹਾਡੀ ਜੇਬ ਚੋਂ ਕੱਢ ਕੇ ਸੇਵਿੰਗ ਕਰਿਆ ਕਰੂੰਗੀ। ਇੰਨੀ ਮਹਿੰਗਾਈ ਆ, ਪੈਸਾ ਤਾਂ ਜੁੜਦਾ ਹੀ ਨਹੀਂ ਸੀ। ਦੇਖਿਆ ਹੁਣ ਥੋੜੇ ਥੋੜੇ ਕਰਕੇ ਰੱਖੇ ਸੀ ਨਾ, ਆ ਗਏ ਨਾ ਆਪਣੇ ਕੰਮ। ਅਨਿਕਾ ਮੈਨੂੰ ਨਾ ਬਹੁਤ ਸ਼ਰਮ ਮਹਿਸੂਸ ਹੋ ਰਹੀ ਹੈ, ਮੈਂ ਤੇਰੇ ਤੇ ਇੰਨਾ ਵੱਡਾ ਇਲਜ਼ਾਮ ਲਗਾਤਾ। ਤੂੰ ਮੇਰੇ ਬਾਰੇ ਕੀ ਸੋਚਦੀ ਹੋਊਂਗੀ? ਮੈਂ ਤੇਰੇ ਘਰ ਦੇ ਉੱਪਰ ਇੰਨਾ ਵੱਡਾ ਇਲਜ਼ਾਮ ਲਗਾਇਆ। ਪੈਸਾ ਚੀਜ਼ ਹੀ ਐਸੀ ਆ, ਪੈਸੇ ਦੇ ਨਾਲ ਤਾਂ ਰਿਸ਼ਤਿਆਂ ਦੇ ਵਿੱਚ ਇੰਨੀ ਦਰਾਰਾਂ ਪੈ ਜਾਂਦੀਆਂ, ਆਪਸੀ ਪਿਆਰ ਘੱਟ ਜਾਂਦਾ ਵਾ। ਅਨਿਕਾ ਮੈਨੂੰ ਮਾਫ ਕਰ ਦੇ, ਮੈਂ ਪਤਾ ਨਹੀਂ ਕੀ ਸੋਚੀ ਜਾਂਦਾ ਸੀਗਾ। ਤੂੰ ਤਾਂ ਸਾਡੇ ਵਾਸਤੇ ਪੈਸੇ ਜੋੜੇ ਸੀਗੇ ਕਿ ਔਖੇ ਵੇਲੇ ਸਾਡੇ ਕੰਮ ਆਊਗੇ, ਮੈਂ ਤੇਰੇ ਬਾਰੇ ਪਤਾ ਨਹੀਂ ਕੀ ਸੋਚੀ ਜਾਂਦਾ ਸੀਗਾ। ਜ਼ਰੂਰੀ ਨਹੀਂ ਹਰ ਔਰਤ ਆਪਣੇ ਜੋੜੇ ਹੋਏ ਪੈਸੇ ਆਪਣੇ ਪੇਕਿਆਂ ਨੂੰ ਭੇਜੇ। ਔਰਤ ਪੈਸੇ ਤਾਂ ਜੋੜਦੀ ਆ ਜੋ ਮੁਸ਼ਕਿਲ ਟਾਈਮ ਵਿੱਚ ਉਹ ਪੈਸਾ ਪਰਿਵਾਰ ਦੇ ਕੰਮ ਆ ਸਕੇ।